ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕਿਵੇਂ ਆ? ਸਾਰੇ ਠੀਕ ਠਾਕ? ਅਸੀਂ ਜਾ ਰਹੇ ਹਾਂ ਆਪਣੇ ਨਵੇਂ ਘਰ। ਤੁਸੀਂ ਸਾਰੇ ਜਾਣੇ ਕਹਿੰਦੇ ਕਿ ਪਲਾਟ ਨਹੀਂ ਆਖੀਦਾ, ਹੁਣ ਵੈਸੇ ਘਰ ਹੀ ਸਾਡਾ। ਇਹ ਤਾਂ ਸਾਡੀ ਗਲਤੀ ਹੈ ਕਿ ਅਸੀਂ ਪਲਾਟ ਕਹਿ ਦਿੰਦੇ ਹਾਂ, ਅਤੇ ਅਸੀਂ ਜਾ ਰਹੇ ਹੁਣ ਆਪਣੇ ਨਵੇਂ ਘਰ। ਬਾਕੀ ਇਹ ਕਿ ਪਲਸਤਰ ਸਾਰਾ ਹੋ ਗਿਆ ਵਾ ਕੰਪਲੀਟ, ਹੁਣ ਇਹ ਆਪਣਾ ਕੰਮ ਸ਼ੁਰੂ ਕਰਦੇ ਪਏ ਨੇ ਲੱਕੜ ਦਾ। ਬਾਕੀ ਤੁਹਾਨੂੰ ਪਤਾ ਹੈ ਲੱਕੜ ਦਾ ਕੰਮ ਕਰਦੇ ਨੇ, ਅਤੇ ਇਹਨਾਂ ਨੇ ਆਪ ਹੀ ਖੁਦ ਦਰਵਾਜ਼ੇ ਜੋ ਵੀ ਹੈ ਸਾਰਾ ਕੰਮ ਆਪ ਹੀ ਇਹਨਾਂ ਨੇ ਖੁਦ ਕਰਨਾ ਆ। ਪਲਾਟ 'ਚ ਤਾਂ ਅਸੀਂ ਆਏ ਸੀ ਲੈ ਕੇ ਚਾਹ, ਅਤੇ ਦੋ ਲੱਗੇ ਨੇ ਮਿਸਤਰੀ ਇੱਧਰ। ਇੱਧਰ ਕੰਮ ਚਾਲੂ ਹੁੰਦਾ ਪਿਆ ਨਾ, ਡੈਡੀ ਹੁਣ ਡਏ ਨੇ ਥੋੜ੍ਹਾ ਬਹੁਤ ਕੰਧਾਂ ਕੁੰਧਾਂ ਜਿਹੀਆਂ ਕਰਾਉਣ। ਅਸੀਂ ਹੁਣੇ ਪਹੁੰਚੇ ਸੀ, ਮਿਸਤਰੀ ਸਾਹਿਬ ਲੱਗੇ ਨੇ। ਅੱਜ ਫਿਰ ਲਾਈਟ ਬੰਦ, ਕਿਸਮਤ ਮਾੜੀ ਲਾਈਟ ਬੰਦ ਹੁੰਦੀ। ਦਿਹਾੜੀ ਕਿੰਨੀ ਦਿਹਾੜੀ ਦਿਹਾੜੀ ਨਹੀਂ ਕੋਈ ਮਿਲਣੀ, ਕੰਮ ਕਰੋ ਪੂਰੀ ਪਹਿਲਾਂ। ਤੁਹਾਡਾ ਬ੍ਰੇਕ ਟਾਈਮ ਹੋ ਗਿਆ? ਮੰਮੀ ਮੰਮੀ ਹੁਣੇ ਆਏ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ? ਡਾਟਾ ਆਉਣ ਹੀ ਨਹੀਂ ਡਈ ਮੰਮੀ, ਹੱਥ ਨਾ ਹੀ। ਕੱਲ੍ਹ ਵੀ 4 ਵਜੇ ਆਈ ਲੈਟ, ਇੱਥੇ ਹਰੇ ਰੋਜ਼ ਬੰਦ ਹੁੰਦੀ ਮੈਨੂੰ ਲੱਗਦਾ। ਹੈਂ, ਸਹੀ ਗੱਲ ਹੀ। ਇੱਥੇ ਤਾਂ ਜਿੱਦਾਂ ਬੱਦਲ ਹੋ ਗਏ ਤਾਂ ਇੱਥੇ ਤਾਂ ਨੇਰ ਪੈ ਜਾ ਕਰਨਾ, ਤਾਂ ਫਿਰ ਕੀ ਕਰਨਾ? ਅਸੀਂ ਚੱਲੇ ਉੱਧਰ ਪਲਾਟ 'ਚ ਮਾਵਾਂ ਧੀਆਂ, ਉਹ ਡੈਡੀ ਨੂੰ ਮਤਲਬ ਚਾਹ ਦੇਣੀ, ਨਾਲੇ ਅਸੀਂ ਵੀ ਪੀਣੀ ਨਾ, ਅਸੀਂ ਇੱਧਰ ਲੈ ਕੇ ਆ ਜਾਣਾ ਹੁਣੇ ਚਾਹ। ਅਤੇ ਇਹ ਕਹੀ ਤਾਂ ਮੰਮੀ ਫੜੀ, ਉੱਧਰ ਮਿਸਤਰੀ ਡਏ ਨੇ ਮੰਗਣ, ਇਸ ਕਰਕੇ ਕਹਿੰਦੇ ਮੰਮੀ ਡੈਡੀ ਤਾਂ ਗਲਾਸੀਆਂ ਤਾਂ ਪੁੱਛ ਲੈਣੀਆਂ ਸੀ, ਨਹੀਂ ਹੈਗੀਆਂ, ਡਿਸਪੋਜ਼ਰ ਆ। ਦੂਰੋਂ ਆਵਾਜ਼ ਮਾਰ ਲਾ, ਸਿੰਤਰ ਕਹਿ ਡੈਡੀ ਨੂੰ ਵੀ ਫਲਾਵਰ ਦੇ ਆ ਇੱਥੇ ਲਾ ਕੇ ਇੱਕ। ਹੈਂ, ਕਿੱਥੇ ਪਾਪਾ? ਇੱਧਰ ਡੈਡੀ ਦੀ ਲੱਗੇ ਚਾਹ ਪੀਣ, ਬਾਕੀਆਂ ਹੀ ਲੈ ਜਾਂਦੇ ਨਾ ਥੋੜ੍ਹੀ ਜਿਹੀ ਚਾਹ। ਠੀਕ ਠੀਕ ਆ, ਹੋਰ ਕੀ ਕਹਿੰਦੇ? ਧੰਨਵਾਦ ਸਿਹਤ। ਤੇ ਆਓ ਡਰ ਜਿਹਾ ਲੈ ਲੈ ਕੇ ਇੱਕ ਬੂਟਾ ਲਾ ਲਾਂਗੇ ਉੱਧਰ, ਮਿੱਟੀ ਦੇ ਵਿੱਚ ਨਾ ਹੋਊਗਾ ਚੱਲ ਕੋਈ ਨੀ, ਹੋ ਜਾਣੇ ਇੰਨੇ ਹੋਰ ਲੱਗ ਜਾਣਗੇ। ਚਲੋ ਚੱਲੀ ਆਪਾਂ, ਹੈਂ, ਮਰੂਦ ਦਾ ਵੀ ਲੈ ਦਈਏ। ਚਲੋ ਚਲੋ, ਬੱਦਲ ਮੰਮੀ ਕਿੰਨਾ ਹੋ ਗਿਆ ਹੈ ਨਾ, ਬੱਦਲ ਬਹੁਤ ਜ਼ਿਆਦਾ ਹੋ ਗਿਆ।
ਅੱਜ ਅਸੀਂ ਮਾਵਾਂ ਧੀਆਂ ਘੁੰਮਣ ਡੀਆਂ ਹਨਾ ਪੰਜਾਬੀ ਤੜਕਾ ਇੱਕ ਪੈਕਟ ਨਮਕੀਨ ਦਾ ਮੈਂ ਲੈ ਲੈਂਦੇ ਚਾਹ ਨਾਲ ਹੈ ਨਾ ਖਾਵਾਂਗੇ ਨਾਲੇ ਪਾਪਾ ਜੀ ਦੁਕਾਨ ਤੇ ਗਾਹਕ ਆਉਣਗੇ ਜ਼ਿਆਦਾ ਫਲਾਵਰ ਦੀ ਮੈਂ ਕਿਹਾ ਚੱਲ ਬਾਰ ਬਾਰ ਲਾ ਦਿੰਦੇ ਹਾਂ ਇੱਕ ਟਹਿਣੀ ਗੇਟ ਦੇ ਬਾਰ ਬਾਰ ਕਿਆਰੀ 'ਚ ਚੱਲ ਜਾਓ ਮਿਸਤਰੀ ਇੱਕ ਚਾਹ ਇੱਧਰ ਡੀਕਣ ਡਿਆ ਮਿਸਤਰੀ ਬ੍ਰੇਕ ਟਾਈਮ ਹੋਇਆ ਕਦੋਂ ਦਾ ਬੋਲਦੇ ਨੇ ਤੁਹਾਡੇ ਲਈ ਆ ਵੇਖੋ ਡੈਡੀ ਨੇ ਸਰਪ੍ਰਾਈਜ਼ ਭੇਜਿਆ ਜੇ ਖੁਸ਼ ਹੋ ਗਈ ਇਹ ਮੈਂ ਤਾਂ ਲੈ ਕੇ ਮੈਂ ਬਾਹਰ ਲਾ ਦਿੰਦੇ ਹਾਂ ਉਹ ਕਿਆਰੀ ਜੀ 'ਚ ਮਿੱਟੀ 'ਚ ਵੇਖ ਲੈਂਦੇ ਮਿੱਟੀ ਡੈਡੀ ਪਤਾ ਕੀ ਕਹਿੰਦੇ ਕਹਿੰਦੇ ਲੈ ਟਹਿਣੀ ਤੋੜ ਲਈ ਉੱਥੇ ਇਹਨੇ ਆ ਦੋ ਆ ਇਹਨੂੰ ਕੀ ਕਹਿੰਦੇ ਕਰੁੰਬਲੀਆਂ ਇਹ ਤੁਹਾਡੇ ਲਈ ਨਮਕੀਨ ਦਾ ਲਿਆਂਦਾ ਜੀ ਇੱਕ ਪੈਕਟ ਚਾਹ ਨਾਲ ਬੱਦਲ ਹੋ ਗਿਆ ਬਾਹਰ ਫਿਰ ਹਾਂ ਕਰੋ ਚੈੱਕ ਲੋਕੇਸ਼ਨ ਬਾਹਰ ਦੀ ਕਿੰਨੀ ਘੈਂਟ ਆ ਠੰਡਾ ਹੋ ਗਿਆ ਪਰ ਕਿਸਾਨਾਂ ਵੀਰਾਂ ਵਾਸਤੇ ਬੜਾ ਮਾੜਾ ਕਿਉਂਕਿ ਕਣਕਾਂ ਕੁਣਕਾਂ ਪੱਕੀਆਂ ਵਾ ਵਾਢੀਆਂ ਦੇ ਦਿਨ ਵਾ ਪਿੱਛੇ ਜੇ ਵੀ ਗਲੇ ਪੈ ਗਏ ਸੀ ਤਾਂ ਹਿਸਾਬ ਨਾਲ ਫਿਰ ਕਾਫੀ ਨੁਕਸਾਨ ਹੋ ਜਾਂਦਾ ਕਿਸਾਨਾਂ ਵੀਰਾਂ ਦਾ ਇਹ ਉਦੋਂ ਹੀ ਵਰਦਾ ਜਦੋਂ ਵਾਢੀ ਦਾ ਟਾਈਮ ਹੋਵੇ ਨਾ ਉਦੋਂ ਹੀ ਪੈਂਦਾ ਵਾ ਇੱਧਰ ਮੰਮੀ ਪਾ ਰਹੇ ਨੇ ਚਾਹ ਮਿਸਤਰੀ ਸਾਹਿਬ ਬਹਿ ਗਏ ਨੇ ਕਿਉਂਕਿ ਬ੍ਰੇਕ ਟਾਈਮ ਫਿਰ ਹੁੰਦਾ ਨਾ ਰੈਸਟ ਵੀ ਜ਼ਰੂਰੀ ਮਿਸਤਰੀਆਂ ਨੂੰ ਮੰਮੀ ਜੀ ਆਏ ਨੇ ਅਸੀਂ ਫਿਰ ਉਹ ਜਿਹੜੀ ਦੁਕਾਨ ਨਹੀਂ ਇੱਧਰ ਕਰਿਆਨੇ ਦੀ ਛੋਟੀ ਜਿਹੀ ਉੱਥੋਂ ਨਮਕੀਨ ਦਾ ਪੈਕਟ ਲਿਆਏ ਪਾਪਾ ਜੀ ਕੋਲ ਉਹ ਉਹਦੇ ਬਣੇ 10 ਰੁਪਈਏ ਉਹ ਹੁਣ ਦੇਣੇ ਪੈਣੇ ਆ ਸ਼ਾਮ ਨੂੰ ਕਹਿੰਦਾ ਦੇ ਜਿਓ 10 ਰੁਪਈਏ ਦੋ ਪੈਕਟ ਲਏ ਨਾ ਪੰਜਾਂ ਪੰਜਾਂ ਦੇ ਮੈਂ ਕਿਹਾ ਇੱਕ ਦੇ ਦਿਓ ਅਤੇ ਕਹਿੰਦਾ ਪੰਜ ਹੋਰ ਕਹਿੰਦਾ ਪੰਜ ਹੋਰ ਪੂਰੇ ਕਰ ਹੀ ਜਾ ਸਾਹਿਬ ਇੱਧਰ ਕੀ ਕਰਨ ਡੇ ਜੀ ਉਹ ਜਿਹੇ 'ਚ ਮਿੱਟੀ ਪਾ ਕੇ ਨਾ ਫਿਰ ਲਾਵਾਂਗੇ ਰਹਿਣ ਦੇ ਫਿਰ ਲਿਆ ਗਮਲਾ ਲਿਆ ਕੇ ਨਾ ਗਮਲੇ 'ਚ ਮਿੱਟੀ ਪਾ ਕੇ ਫਿਰ ਲਾਵਾਂਗੇ ਇਹ ਪੱਥਰ ਥੋੜ੍ਹੀ ਹੋਣਾ ਕੰਢੇ ਜਿਹੇ 'ਚ ਧਿਆਨ ਜਦੋਂ ਅਸੀਂ ਮਤਲਬ ਇੱਥੇ ਆਉਣਾ ਉਦੋਂ ਇਹਨੇ ਵੱਡਾ ਹੋ ਜਾਣਾ ਫਲਾਵਰ ਲੱਗ ਜਾਣੇ ਹੋਰ ਇਹਨੂੰ ਨਾਨਾ ਜੀ ਦੀ ਫੋਟੋ ਨਾ ਨੀ ਲੈਣਾ ਆਉਂਦਾ ਕਿਰਨ ਨੀ ਕਹਿਣਾ ਆਉਂਦਾ ਭਜੋ ਕਹਿੰਦਾ ਹੁੰਦਾ ਹੋ ਗਈ ਹੈ ਮੰਮੀ ਸ੍ਰੀਨਗਰ ਬਣ ਗਿਆ ਯਾਰ ਜਿੱਥੇ ਹਵਾ ਦੇ ਨਾਲ ਵਾਲ ਵੀ ਵੱਟਾ ਬਹੁਤ ਉੱਡਣ ਡਿਆ
ਦੀ ਲਾਈਟ ਆ ਗਈ ਆ, ਮਿਸਤਰੀ ਸਾਹਿਬ ਹੁਣ ਵੇ ਕਿੰਨੀ ਜਲਦੀ ਉੱਠੇ, ਰੈਸਟ ਬਥੇਰੀ ਕਰ ਲਈ ਆ, ਬੜਾ ਸੋਹਣਾ ਹੀ ਹੁੰਦਾ। ਅੱਛਾ, ਅਤੇ ਇੱਕ ਦੂਜਾ ਹੁੰਦਾ ਪਾਕ, ਉਹਦਾ ਨੱਕ ਵੈ ਤਾਂ ਹੁੰਦਾ, ਕਰ ਲਓ ਕੰਮ ਹੁਣ ਜਲਦੀ, ਲਾਈਟ ਫਿਰ ਬੰਦ ਹੋਣ ਵਾਲੀ। ਮੰਮੀ ਬੈਠੇ ਆ, ਜਿੱਦਾਂ ਦਾ ਮੰਮੀ ਸੂਟ ਤੁਸੀਂ ਪਾਇਆ ਇੱਦਾਂ ਦਾ ਮੇਰਾ ਵੀ ਹੈਗਾ ਹੈ, ਸੋਹਣਾ ਬੜਾ ਲੱਗਦਾ, ਪ੍ਰਿੰਟ ਬਹੁਤ ਵਧੀਆ ਹੈ ਨਾ, ਹੁਣ ਵੀ ਟੋਰ ਹੋ ਤੂੰ ਉਦੋਂ ਕਰੀ ਗੱਲ, ਅਜੇ ਵੀ ਟੋਰ ਹੀ। ਕੰਮ ਕਿੰਨਾ ਕਿੰਨਾ ਕਰਵਾ ਸਕਦੇ, 8-8 ਵਜੇ ਨਾਲ ਘਰ ਘਲਣਾ ਘਰ। ਲੱਡੂ ਕਰਾਰੇ ਵਾਲਾ ਨੀ ਅੱਜ ਆਇਆ ਹਨਾ, ਮੈਂ ਤਾਂ ਖਵਾਉਣੇ ਸੀ ਤੁਹਾਨੂੰ। ਇਹ ਕਹਿੰਦੇ ਆ ਪੇਜ ਖਰਾਬ ਵਾ ਲੱਗਦਾ, ਲਾਈਟ ਮਾਂ ਕਿਤੇ ਅੱਜ ਆਈ ਹਨਾ, ਰੋਜ਼ ਬੰਦ ਹੋ ਜਾਂਦੀ। ਇੱਧਰ ਹੁਣ ਇਹ ਡੈਡੀ ਜੀ ਆਏ ਨੇ, ਮੈਂ ਕੀ ਗੱਲਾਂ ਕਰਦੇ, ਆਹ ਪੂਤਨਾ ਲਿਆਂਦਾ ਵਾ ਡੈਡੀ ਹੈਂ, ਆਪਣੇ ਗੱਲੀ ਲੱਗੇ ਸੁਣਾਵਾਂ। ਮਿਸਤਰੀ ਚਲ ਗਏ ਚਾਚੀ, ਟਾਈਮ ਨੂੰ ਛੁੱਟੀ ਕਰ ਲੈਂਦੇ, ਮੈਂ ਕਿਹਾ ਮੈਂ ਕਿਹਾ ਅੰਕਲ ਜੀ ਟਾਈਮ ਨਾਲ ਚੱਲ ਚੱਲੇ, ਕਹਿੰਦਾ ਮੇਰੀ ਬੱਸ ਲੰਘ ਜਾਣੀ। ਰਵੋ ਰਾਤ, ਡੈਡੀ ਨੇ ਪੂਤਨਾ ਲਿਆਂਦਾ ਲਿਫਾਫੇ ਦੇ ਵਿੱਚ। ਵਾਓ, ਡੈਡੀ ਚੈੱਕ ਕਰਦੇ ਪਏ ਕਿ ਕਿੱਦਾਂ ਮੁੰਡਾ ਵਧੀਆ ਕੰਮ ਕਰਨ ਡਿਆ ਕਿ ਨਹੀਂ, ਕੋਈ ਗਲਤੀ ਤਾਂ ਨਹੀਂ ਹੈ ਲੱਕੜ ਦੇ ਕੰਮ 'ਚ। ਡੈਡੀ ਵਿਚਾਰੀ ਨੇ ਬਥੇਰਾ ਕੰਮ ਕਰ ਛੱਡਿਆ ਲੱਕੜ ਦਾ। ਜਾਂ ਇੱਕ ਜਾਣੇ ਨੂੰ ਸੱਦ ਲਓ ਕਿਸੇ ਨੂੰ ਲਾਗੋ, ਹੁਣ ਆ ਬਾਰੀ ਜੀ ਬਣ ਗਈ ਹੈ ਅਤੇ ਉੱਪਰ ਖਾਣ ਲੱਗੇ ਕੋਠੇ 'ਤੇ। ਧਿਆਨ ਨਾ ਉੱਪਰ ਹੋਣਾ ਪੈਣਾ, ਨਹੀਂ ਤਾਂ ਸੱਦ ਲੈਂਦੇ ਕਿਸੇ ਨੂੰ ਇੱਕ ਨੂੰ।
ਉੱਤੇ ਡੈਡੀ ਬੈਠੇ ਉੱਪਰ ਕੀ ਕਰਨ ਲੱਗੀ? ਅੱਛਾ ਅੱਛਾ ਤਾਂ ਹੁਣ ਉੱਪਰ ਤੇ ਤੁਹਾਡੇ ਕੋਈ ਡੈਡੀ ਮੰਮੀ ਹੁਣੀ ਚੱਲੇ ਘਰ ਜੂਠਾ ਜਿਹਾ ਇਹਦੇ ਚ ਪਿਆ ਆ ਜਾਓ ਹੁਣ ਚੱਲੀਏ ਆ ਜਾਓ ਹੁਣ ਟਾਈਮ ਬੜਾ ਹੋ ਗਿਆ ਬਹੁਤ ਟਾਈਮ ਵੀ ਘਰ ਨਿੱਕੇ ਚੱਲੀਏ ਘਰ ਟਾਈਮ ਤਾਂ ਇੱਥੇ ਬਹੁਤ ਭਰ ਦਿੰਦੇ ਖਾਣ ਵਾਲੇ ਵੱਲ ਸੇ ਵੱਜ ਗਏ ਜੇ ਮੈਨੂੰ ਨਾ ਕਿਹੋ ਇਹ ਕੀ ਕਰਨ ਦੇ ਕੱਟੀ ਜਾਂਦੇ ਹੈ ਪਾਣੀ ਭਰ ਗਿਆ ਪਾਣੀ ਇੱਥੇ ਲੈ ਲਓ ਪੈਪ ਕੱਟ ਕੱਟ ਸੁੱਟੀ ਜਾਂਦੇ ਫਿਰ ਅੱਜ ਫਿਰ ਕਾਫੀ ਹੋ ਗਿਆ ਹਾਂਜੀ ਹੁਣ ਅਸੀਂ ਚੱਲੇ ਆਪਣੇ ਘਰ ਵਾਪਸ ਹਨੇਰਾ ਕਾਫੀ ਹੋ ਗਿਆ ਬਹੁਤ ਜ਼ਿਆਦਾ ਹਨੇਰਾ ਸਾਨੂੰ ਸ਼ਾਮ ਨੂੰ ਰੋਜ਼ ਹਨੇਰਾ ਹੋ ਜਾਂਦਾ ਹਾਂਜੀ ਬਾਰਿਸ਼ ਪੈ ਸ਼ੀਸ਼ਾ ਕਿੱਦਾਂ ਹੋ ਗਿਆ ਗੰਦਾ ਚਾਬੀ ਕਿੱਥੇ ਆਪ ਹੀ ਸ਼ੀਸ਼ਾ ਬੜਾ ਹੁਣ ਗੰਦਾ ਹੋ ਜਾਂਦਾ ਜਦੋਂ ਬਾਰਿਸ਼ ਆਉਂਦੀ ਹੈ ਗੰਦਾ ਹੋ ਜਾਂਦਾ ਗੱਡੀ ਬਹੁਤ ਫੇਰ ਗੰਦੀ ਹੋ ਗਈ ਹੈ ਜੇ ਉੱਧਰ ਸਾਫ਼ ਕੀਤੀ ਸੀ ਹਨਾ ਧੋਨੇ ਫਿਰ ਹੋ ਜਾਂਦੀ ਚਲੋ ਕੋਈ ਨਹੀਂ ਹੁਣ ਇੱਥੇ ਆਣ ਕੇ ਸਾਫ਼ ਕਰਾਂਗੇ ਨਹੀਂ ਹੁਣ ਅਸੀਂ ਚੱਲੇ ਹਾਂ ਘਰ ਇਹ ਵੀ ਘਰ ਹੀ ਹੈ ਅਤੇ ਉਹ ਵੀ ਘਰ ਹੀ ਆ ਅਜੇ ਦੋ ਘਰ ਮੰਨੇ ਜਾਂਦੇ ਸਬਜ਼ੀ ਸੁਬਜ਼ੀ ਕੱਟੀ ਜਾ ਰਹੀ ਬੜੇ ਵਧੀਆ ਤਰੀਕੇ ਨਾਲ ਇੱਧਰ ਕੱਦੂ ਛੱਦੂ ਵੀ ਕੱਟਤਾ ਇੱਧਰ ਕੱਟਿਆ ਜਾ ਰਿਹਾ ਮਸਾਲਾ ਪਿਆਜ਼ ਵਗੈਰਾ ਜੋ ਵੀ ਆ ਇੱਧਰ ਸਰਦਾਰ ਸਾਹਿਬ ਜੀ ਲੱਗੇ ਨੇ ਪੂਤਨੇ ਦੀ ਚਟਨੀ ਮਤਲਬ ਇਹ ਵਧੀਆ ਬਣਾਉਂਦੇ ਬਹੁਤ ਟੇਸਟ ਬਣਾਉਂਦੇ ਨਹੀਂ ਨਹੀਂ ਵਧੀਆ ਬਣਾਉਂਦੇ ਤਾਰੀਫ ਤਾਂ ਬਣੀ ਕਰਨੀ ਜਿੰਨੀ ਬੰਦਾ ਆਉਂਦੇ ਤਾਰੀਫ ਕਰੇ ਨਾ ਉਹਨਾਂ ਸਗੋਂ ਬੰਦਾ ਉਹ ਦੂਜਾ ਜਿਹੜਾ ਫੁੱਲ ਕੇ ਐਂ ਭਰੋਲਾ ਹੋ ਜਾਂਦਾ ਇਹ ਵੀ ਪੱਤੇ ਪਾਉਣ
ਇਹ ਤਾਂ ਲਿਆਂਦਾ ਨਹੀਂ ਅਜੇ ਕਿ ਇਹਦਾ ਰਾਇਤਾ ਪਾਉਣਾ ਹਨਾ। ਅੱਜ ਵਰਾਇਟੀਆਂ ਕਿੰਨੀਆਂ ਬਣਨੀ ਹੈਗਾ ਵਾ ਕੌਲੀ ਹੈ ਨੀ ਸਮਝਦਾ ਤੂੰ ਆਖ ਅੱਜ ਵਰਾਇਟੀਆਂ ਤਿੰਨ ਬਣਨੀ ਆ ਕੱਦੂ ਚਟਨੀ ਤੇ ਰਾਇਤਾ। ਅੱਜ ਪਛਾਦਾ ਛਕ ਲਓ ਫਿਰ ਟਾਈਮ ਹੋ ਗਿਆ 11 ਵਜੇ ਦਾ ਮਿਲਦੇ ਹਾਂ ਮੋਰਨਿੰਗ ਟਾਈਮ।